ਬਾਹਰ ਤੋਂ ਇਸ ਕਰਕੇ ਸਟਾਰਟ ਕਰ ਰਹੇ ਹਾਂ ਕਿਉਂਕਿ ਤੁਸੀਂ ਦੇਖ ਸਕਦੇ ਹੋ, ਆ ਦੇਖ ਸਕਦੇ ਹੋ ਸ਼੍ਰੀ ਰਾਧਾ ਮੋਬਾਈਲ ਮਾਰਕੀਟ ਇੱਥੋਂ ਹੈ, ਇੱਥੋਂ ਫਸਟ ਫਲੋਰ ਤੇ ਜਾ ਕੇ ਓਮ ਸਾਈ ਕਮਿਊਨੀਕੇਸ਼ਨ ਆ ਜਾਓ ਗਾਈਸ, ਆਪਾਂ ਜਾ ਕੇ ਵੀਡੀਓ ਸ਼ੂਟ ਕਰਦੇ ਹਾਂ। ਥੈਂਕ ਯੂ। ਹੈਲੋ ਗਾਈਸ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਆਪ ਸਭ ਬੜੀਆ ਹੋਗੇ ਔਰ ਅੱਜ ਕੀ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਹੋਣੇ ਵਾਲੀ, ਯੂਨੀਕ ਹੋਣੇ ਵਾਲੀ ਹੈ। ਮੈਂ ਮਿਲਵਾਤਾ ਹੂੰ ਆਪਕੋ ਭਈਆ ਜੀ, ਕੈਸੇ ਹੋ ਭਈਆ ਜੀ? ਸਭ ਬੜੇ, ਬਸ ਸਭ ਵਧੀਆ ਜੀ। ਮੈਂ ਇੱਧਰ ਕੋ ਆ ਜੀ ਥੋੜ੍ਹਾ ਸਾ। ਹਾਂਜੀ ਹਾਂਜੀ ਭਈਆ ਜੀ, ਬਤਾਓ ਕਿਆ ਸਪੈਸ਼ਲ ਡੀਲ ਦੇਣਾ ਚਾਹੋਗੇ, ਕਿਆ ਤੁਸੀਂ ਅੱਜ ਸਪੈਸ਼ਲ ਦੱਸੋਗੇ, ਕੀ ਦਿਖਾਓਗੇ ਸਭ ਤੋਂ ਜ਼ਿਆਦਾ ਯੂਨੀਕ ਪੀਸ? ਹਾਂਜੀ ਆਈਫੋਨਸ ਪਹਿਲੇ ਗੱਲ ਸਾਰੇ ਅਵੇਲੇਬਲ ਹੈ, ਜਿਹੜਾ ਵੀ ਤੁਹਾਨੂੰ ਚਾਹੀਦਾ ਹੈ, ਓਲਡ ਤੋਂ ਲੈ ਕੇ ਲੇਟੈਸਟ ਮਾਡਲ ਸਾਰੇ ਅਵੇਲੇਬਲ ਹੈ। ਹਾਂਜੀ ਤੇ ਬਾਕੀ ਆਪਣਾ ਪ੍ਰਾਈਸ ਆਪਣਾ ਤੁਸੀਂ ਭਾਵੇਂ ਮਾਰਕੀਟ ਟਰਾਈ ਕਰਕੇ ਆ ਜਾਓ, ਆਪਣੇ ਤੁਹਾਨੂੰ ਪ੍ਰਾਈਸ ਜਮਾ ਪਰਫੈਕਟ ਮਿਲੂਗਾ, ਗਰੰਟੀ ਰਹੂਗੀ, ਪ੍ਰਾਈਸ ਗਰੰਟੀ ਪੂਰੀ ਰਹੂਗੀ, ਪੀਸ ਕੀ ਪ੍ਰਾਈਸ ਦੀ, ਪੀਸ ਦੀ ਵੀ ਗਰੰਟੀ ਰਹੂਗੀ, ਤੁਹਾਨੂੰ ਚੈੱਕ ਕਰ ਲਓ ਜਿਹੜੀ ਚੀਜ਼ ਕਹੋਗੇ ਓਰੀਜਨਲ ਹੈ ਤਾਂ ਮਤਲਬ ਓਰੀਜਨਲ ਹੈ, ਓਰੀਜਨਲ ਜੇ ਕੁਝ ਵੀ ਹੋਇਆ ਖੁੱਲਿਆ ਤਾਂ ਤੁਹਾਨੂੰ ਸਾਰੇ ਪੈਸੇ ਵਾਪਸ ਦੀ ਗਰੰਟੀ ਹੈ, ਪੂਰੀ ਮਾਰਕੀਟ 'ਚ ਕੋਈ ਪੈਸੇ ਵਾਪਸ ਨਹੀਂ ਮੁੜਦਾ, ਜੇ ਤੁਹਾਨੂੰ ਵਾਪਸ ਪੈਸੇ ਵੀ ਮੁੜੂਗੇ ਠੀਕ ਹੈ ਬਸ। ਵੈਸੇ ਐਪਲ 'ਚ ਹੋਰ ਵੀ ਫੋਨ ਮਿਲ ਜਾਂਦੇ ਨੇ, ਕਿੰਨੀ ਐਪਲ 'ਚ ਡੀਲ ਕਰਦੇ ਹੋ? ਆਪਣੇ ਕੋਲ ਸਾਰੇ ਅਵੇਲੇਬਲ ਹੈ, ਜਿਹੜੇ ਮਹਿੰਗੇ ਮਾਡਲਸ ਨੇ ਨਾ, ਹਾਂਜੀ S22 Ultra, S24 Ultra ਹੋ ਗਿਆ ਜੀ, ਹਾਂਜੀ Fold 4 ਹੋ ਗਿਆ, Fold 5 ਆਪਣੇ ਕੋਲ ਸਾਰੇ ਅਵੇਲੇਬਲ ਹੈ, ਸਾਰੇ ਪੀਸ ਮਿਲ ਜਾਣਗੇ ਠੀਕ ਹੈ ਜੀ। ਤੁਸੀਂ ਮਾਰਕੀਟ 'ਚ ਰੌਲਾ ਪਾਇਆ ਹੋਇਆ ਵੀ ਤੁਸੀਂ ਨਵੇਂ ਫੋਨ ਪੁਰਾਣੇ ਰੇਟ 'ਚ ਦਿੰਦੇ ਹੋ? ਹਾਂਜੀ ਹਾਂਜੀ, ਤੁਹਾਨੂੰ ਤੁਸੀਂ ਆਓ ਇੱਕ ਵਾਰੀ, ਪਤਾ ਕਿ ਆਪਾਂ ਗੱਲਾਂ ਨਹੀਂ ਕਰਦੇ ਵੀ, ਹੈ ਨਾ, ਗੱਲਾਂ 'ਚ ਆਪਾਂ ਤੁਹਾਨੂੰ ਆਪਾਂ ਕਹਿ ਦਈਏ ਆਹ ਕਰ ਦੂੰਗੇ ਉਹ ਕਰ ਦੂੰਗੇ, ਤੁਸੀਂ ਆਓ ਸਾਡੇ ਕੋਲ ਵਿਜ਼ਿਟ ਕਰੋ, ਫਿਰ ਤੁਹਾਨੂੰ ਪਤਾ ਲੱਗੂ ਐਗਜ਼ੈਕਟਲੀ ਵੀ ਅਸੀਂ ਕਿਹੜਾ ਪ੍ਰਾਈਸ ਦੇ ਰਹੇ ਤੁਹਾਨੂੰ, ਠੀਕ ਹੈ ਜੀ, ਵਧੀਆ ਪ੍ਰਾਈਸ ਦੇ ਰਹੇ ਠੀਕ ਹੈ ਜੀ। ਆਪਾਂ ਸਟਾਰਟਿੰਗ ਸਾਡੇ ਕੋਲ ਆਉਂਗੇ, ਸਟਾਰਟਿੰਗ ਦੱਸੋ ਤੁਸੀਂ ਕਿਹੜੇ ਫੋਨ ਤੋਂ ਕਰੋਗੇ ਸਭ ਤੋਂ ਪਹਿਲਾਂ? ਐਪਲ ਦਾ ਛੋਟਾ ਤੋਂ ਛੋਟਾ ਮਾਡਲ ਕਿਹੜਾ ਮਿਲ ਜੂਗਾ ਜੀ ਆਪਣੇ ਕੋਲ? ਮਤਲਬ ਤੁਸੀਂ ਐ ਲਾ ਲਓ ਆਈਫੋਨ X ਤੋਂ ਸ਼ੁਰੂ ਹੈ, ਹਾਂਜੀ X ਤੋਂ, X ਆਪਾਂ ਤੁਹਾਨੂੰ ਦੇ ਦੂੰਗੇ 14-15 ਹਜ਼ਾਰ ਤੋਂ ਸਟਾਰਟਿੰਗ ਦੇ ਦੂੰਗੇ, 14-15 ਹਜ਼ਾਰ ਤੋਂ ਸਟਾਰਟਿੰਗ ਦੇ ਦੋਗੇ? ਹਾਂਜੀ 12 ਹਜ਼ਾਰ ਦਾ ਹੀ ਮਿਲ ਜੂਗਾ, ਵੀਰਾਂ ਫੇਸ ਆਈਡੀ ਵਾਲਾ 11-12 ਹਜ਼ਾਰ ਤੋਂ ਵੀ ਦੇ ਰਹੇ ਆਪਾਂ ਤੁਹਾਨੂੰ, ਹਾਂਜੀ ਠੀਕ ਹੈ ਜੀ। 11 ਤੁਹਾਨੂੰ ਮਿਲ ਜੂਗਾ 20-21 ਹਜ਼ਾਰ ਰੁਪਏ ਦਾ, 11 ਚੈੱਕ ਕਰ ਲਓ ਗਾਈਸ, 11 ਚੈੱਕ ਕਰ ਲਓ, ਆਪਣੇ ਕੋਲ ਸਾਰੇ ਕਲਰ ਅਵੇਲੇਬਲ ਹੈ, ਗ੍ਰੀਨ, ਪਰਪਲ, ਵਾਈਟ, ਬਲੈਕ, ਆ ਦੇਖੋ ਸਾਰੇ ਅਵੇਲੇਬਲ ਹੈ ਜੀ, ਠੀਕ ਹੈ ਜੀ, ਹਰ ਕਲਰ ਅਵੇਲੇਬਲ ਹੈ, ਹਾਂਜੀ। ਜਿਹੜਾ ਵੀ ਸਟਾਰਟਿੰਗ ਪ੍ਰਾਈਸ ਕੀ ਸਟਾਰਟ ਹੋ ਜਾਂਦਾ ਵੀਰ ਜੀ? 11 ਦਾ 20 ਹਜ਼ਾਰ ਤੋਂ ਸਟਾਰਟ ਹੈ, 20 ਹਜ਼ਾਰ ਤੋਂ, ਹਾਂ 20 ਹਜ਼ਾਰ ਤੋਂ ਸ਼ੁਰੂ। ਸੱਚੀ ਦਿਓਗੇ ਨਾ 20 ਹਜ਼ਾਰ ਤੋਂ? ਬਿਲਕੁਲ 20 ਕਿਆ, ਆਲ ਕਲਰ ਆ ਤੁਹਾਨੂੰ 15 ਹਜ਼ਾਰ ਦਾ ਦੇ ਦਾਂਗੇ, ਇਹਦੀ ਸਿਰਫ ਫੇਸ ਡੀਲ ਵਾਲਾ ਪੀਸ ਹੈ, ਫੇਸ ਆਈਡੀ ਚੱਲਦੀ, ਹਾਂ ਤੁਹਾਨੂੰ ਦੇਵਾਂਗੇ 15 ਹਜ਼ਾਰ, ਆ ਦੇਖ ਲਓ ਜੀ, ਬਿਲਕੁਲ ਫਰੈਸ਼ ਪੀਸ ਆ, ਬਿਲਕੁਲ ਸਾਫ ਹੈ, ਸਿਰਫ 15 ਹਜ਼ਾਰ ਰੁਪਏ ਦਾ, 15 ਹਜ਼ਾਰ ਦੇ ਦਿਓ, 11 ਠੀਕ ਹੈ ਜੀ। ਇਸ ਤੋਂ ਅੱਗੇ ਕਿਹੜਾ ਆ ਜਾਂਦਾ ਫਿਰ? ਬਾਕੀ ਵੀਰੇ ਆਪਣਾ ਤੁਹਾਨੂੰ 12 ਹੋ ਗਏ, 12 Pro Max, 12 Pro Max ਤੁਹਾਨੂੰ ਦੇ ਦਾਂਗੇ, ਸਿਰਫ ਉਹਦੇ 'ਚ ਡਿਸਪਲੇ ਦਾ ਮੈਸੇਜ ਆ, ਹਾਂਜੀ ਪਹਿਲਾਂ ਡਿਸਪਲੇ ਦਾ ਮੈਸੇਜ, ਡਿਸਪਲੇ ਪਈ ਵੀ ਓਰੀਜਨਲ, ਹਾਂਜੀ ਠੀਕ ਹੈ ਜੀ, ਉਹ ਤੁਹਾਨੂੰ ਦੇਵਾਂਗੇ ਆਪਾਂ 38 ਹਜ਼ਾਰ ਰੁਪਏ ਦਾ, 38 ਹਜ਼ਾਰ ਰੁਪਏ ਦਾ 12 Pro ਲੈ ਜਾਓ ਗਾਈਸ, 12 Pro Max ਹੈ ਜੀ, ਮੈਕਸ ਹੈ ਜੀ, ਹਾਂਜੀ 128 GB, ਠੀਕ ਹੈ ਜੀ। 12 Pro ਦਾ ਪ੍ਰਾਈਸ ਵੀ 40-42 ਹਜ਼ਾਰ ਹੈ, ਹਾਂਜੀ ਆਪਾਂ ਤੁਹਾਨੂੰ 12 Pro Max ਦੇ ਰਹੇ ਹਾਂ, ਸਿਰਫ 38,000, ਠੀਕ ਹੈ ਜੀ, ਠੀਕ ਹੈ ਜੀ। ਉਸ ਤੋਂ ਅੱਗੇ ਕਿਹੜਾ ਆ ਜਾਂਦਾ ਫਿਰ ਜੀ? ਅੱਗੇ ਵੀਰੇ ਬਾਕੀ ਹਰ ਫੋਨ ਦੇ ਵਿੱਚ ਆਪਣੇ ਕੋਲ ਡੀਲ ਹੈਗੀ ਹੋਈ, ਆਈਫੋਨ ਦੇ ਵਿੱਚ 11 Pro ਦਿਖਾ ਦਿਓ ਜੀ, 11 Pro ਤੁਹਾਨੂੰ ਦੇ ਦਿੰਦੇ ਹਾਂ, ਹਾਂਜੀ ਆ ਦੇਖੋ ਜੀ 11 Pro, ਇਹਦੀ ਬੈਟਰੀ ਹੈਲਥ ਕਿੱਥੋਂ ਸਟਾਰਟ ਹੋ ਜਾਂਦੀ ਹੈ ਜੀ, ਕਿੱਥੋਂ ਤੱਕ ਜਾਂਦੀ ਹੈ? ਮਤਲਬ ਕਿ ਲਾ ਲਓ ਆਪਾਂ ਉਹੀ ਕਹੀਏ ਵੀ ਆਪਾਂ ਤੁਹਾਨੂੰ 90% 95% ਬੈਟਰੀ ਹੈਲਥ ਵਾਲੇ ਫੋਨ ਦੇ ਦਾਂਗੇ, ਹਾਂਜੀ ਠੀਕ ਹੈ, ਇੰਨੀ ਬੈਟਰੀ ਕਿਸੇ ਦੀ ਨਹੀਂ ਹੁੰਦੀ ਓਰੀਜਨਲ, ਜਿਹੜੀ ਸੱਚ ਗੱਲ ਹੈ, ਹਾਂਜੀ ਜੀ, ਊਂ ਅਸੀਂ ਵਧਾ ਕੇ ਦੇ ਦਈਏ
ਡਿਫਰੈਂਟ ਗੱਲ ਹੈ, ਅਸੀਂ ਉਹ ਕੰਮ ਨਹੀਂ ਕਰਦੇ। ਹਾਂਜੀ ਬੈਟਰੀ ਜਿਹੜੀ ਜੈਨੂਇਨ ਹੁੰਦੀ ਹੈ ਜੀ 80 ਤੋਂ ਲੈ ਕੇ 85 86 87 ਤੱਕ ਹੀ ਹੁੰਦੀ ਹੈ ਲਾਸਟ, ਕਿਉਂਕਿ ਹੁਣ ਪੁਰਾਣੇ ਮਾਡਲ ਹੋ ਗਏ ਜੀ ਤੇ ਤੁਹਾਨੂੰ ਵੀ ਪਤਾ ਇਸ ਤੋਂ ਉੱਪਰ ਬੈਟਰੀ ਹੋ ਨਹੀਂ ਸਕਦੀ, ਉਹ ਬੂਸਟ ਕਰਾ ਦਿੰਦੇ ਆ ਕੋਈ ਲੋਕ, ਤੁਹਾਡਾ ਐਸਾ ਕੋਈ ਕੰਮ ਨਹੀਂ, ਬੂਸਟ ਵਾਲਾ ਕੋਈ ਕੰਮ ਨਹੀਂ ਹੈ, ਜਿਹੜੇ ਹੋਣਗੇ ਜੈਨੂਇਨ ਹੋਣਗੇ। ਅੱਛਾ ਜੀ, ਆਪਣੇ ਕੋਲੇ ਸਾਰੇ ਅਵੇਲੇਬਲ ਹੈ, 85 86 84 ਹੋ ਗਈ, 83 ਨਾ 82, ਹਾਂਜੀ ਹਾਂਜੀ, ਤੇ 256 ਚ ਹੋ ਗਏ 64 GB, ਇਸੇ ਦੀ ਬੈਟਰੀ ਚੇਂਜ ਵੀ ਹੋਈ ਵੀ ਹੈ, ਨਵੀਂ ਪਈ ਵੀ ਹੈ, ਤੇ ਆਪਾਂ ਤੁਹਾਨੂੰ ਸਸਤੇ ਦੇ ਦਾਂਗੇ, ਸਿਰਫ 25,000 ਰੁਪਏ ਦਾ ਓਨਲੀ ਬੈਟਰੀ ਰਿਪਲੇਸ ਹੈ। ਇਹ 25,000 ਰੁਪਏ ਦਾ ਦੇ ਦੋਗੇ? 25,000 ਦਾ ਗੋਲਡਨ ਕਲਰ, ਗੋਲਡਨ ਕਲਰ ਜੋ ਮਿਲਦਾ ਹੀ ਨਹੀਂ ਮਾਰਕੀਟ। ਹਾਂ ਵੀਰ, ਆ ਦੇਖ ਲਓ ਜੀ, ਬਹੁਤ ਅੱਛੀ ਡੀਲ ਦੇ ਰਹੇ ਹਾਂ ਭਈਆ ਆਪਕੋ ਅੱਜ, ਇਹ ਦੇਖੀਏ ਗਾਇਸ, ਗ੍ਰੇ ਕਲਰ ਵੀ ਮਿਲ ਜੂਗਾ, ਗ੍ਰੀਨ ਕਲਰ ਵੀ ਮਿਲ ਜੂਗਾ। ਅੱਛਾ ਜੀ, ਸਾਰੇ ਕਲਰ ਅਵੇਲੇਬਲ ਹੋਣਗੇ ਹਮੇਸ਼ਾ ਹੀ? ਹਾਂਜੀ ਹਾਂਜੀ ਵੀਰ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਆ ਜਾਂਦੇ 12 ਤੇ। ਹਾਂਜੀ, ਇਹ ਸਾਰਾ 12 ਦਾ ਸਟੋਕ ਚੈੱਕ ਕਰ ਸਕਦੇ ਹੋ, ਆ ਦੇਖ ਲਓ ਜੀ, ਸਾਰੇ ਕਲਰ ਮਿਲ ਜਾਣਗੇ ਇਸ 'ਚ ਵੀ। ਹਾਂਜੀ, ਸਟਾਰਟਿੰਗ ਪ੍ਰਾਈਸ 12 ਦਾ ਜੀ, ਪ੍ਰਾਈਸ ਵੀਰੇ ਤੁਹਾਨੂੰ ਦੇ ਦਾਂਗੇ 28,000 ਤੋਂ ਸਟਾਰਟ ਹੈ, 28,000 ਤੋਂ 28,000 ਤੋਂ ਦੇ ਦੂਗੇ, ਵੈਸੇ 30-32,000 ਤੋਂ ਸਾਰੇ ਵੇਚਦੇ ਆ, ਹਾਂਜੀ ਹਾਂਜੀ, 28,000 ਦਾ ਮਿਲ ਜੂਗਾ ਜੈਨੂਇਨ ਪੀਸ, ਨਾਲੇ ਕੀ ਆਊਗਾ 28,000 ਦੇ। ਠੀਕ ਹੈ ਜੀ, ਬਿਲ ਡੱਬਾ ਸਾਰਾ ਦਊਗੇ, ਉਸ ਤੋਂ ਬਾਅਦ ਆ ਜਾਂਦੇ ਆਪਾਂ 12 ਪ੍ਰੋ ਤੇ ਜੀ, 12 ਪ੍ਰੋ ਮਿਲ ਜੂਗਾ। ਹਾਂਜੀ, 12 ਪ੍ਰੋ ਆਪਣੇ ਕੋਲ ਕਲਰ ਗ੍ਰੇ, ਬਲੈਕ, ਬਲੂ, ਸਾਰੇ ਕਲਰ ਮਿਲ ਜਾਣਗੇ ਅਵੇਲੇਬਲ। ਹਾਂਜੀ, ਆ ਦੇਖ ਲਓ ਗਾਇਸ, ਕਲਰਸ ਅਵੇਲੇਬਲ ਹੈ। ਹਾਂਜੀ, ਆਪਾਂ ਜਿੱਦਾਂ ਤੁਹਾਨੂੰ ਕਿਹਾ ਸੀਗਾ ਵੀ ਬੈਟਰੀ ਕਿਸੇ ਦੀ ਚੇਂਜ ਹੈ ਜਾਂ ਕੁਛ ਹੈ ਨਾ, ਦੱਸ ਕੇ ਦਊਗੇ ਵੀ? ਹਾਂਜੀ ਹਾਂਜੀ ਬਿਲਕੁਲ, ਦੱਸ ਕੇ ਦਊਂਗੇ ਕਿਸੇ ਦਾ ਕੁਛ ਚੇਂਜ ਹੈ, ਅੱਜ ਮਿਲਿਆ ਕਿ ਸਿਰਫ ਬੈਕ ਪੈਨਲ ਚੇਂਜ ਹੈ, ਇਹ ਵੀ ਤੁਹਾਨੂੰ ਦੱਸ ਕੇ ਦੇ ਰਹੇ ਹਾਂ, ਕੋਈ ਨਹੀਂ ਦੱਸਦਾ ਪੂਰੀ ਮਾਰਕੀਟ ਦੇ ਵਿੱਚ, ਹਾਂਜੀ ਦੱਸ ਕੇ ਦੇਵਾਂਗੇ, ਇਹ ਤੁਹਾਨੂੰ ਸਿਰਫ ਲੱਗ ਜੂਗਾ 36,000 ਰੁਪਏ ਦਾ। ਚਲੋ, ਬਲੈਕ ਬੈਕ ਪੈਨਲ ਚੇਂਜ ਹੈ, ਬਾਕੀ ਤੁਹਾਨੂੰ 40,000, 41,000, 39,000, 38,000 ਅਲੱਗ ਅਲੱਗ ਪ੍ਰਾਈਸ ਦਾ ਇਹਨਗੇ ਬਿੱਲ ਡੱਬੇ ਸਭ ਕੁਛ। ਬਿੱਲ ਦੇਖੋ ਜੀ, ਆਪਾਂ ਬਿੱਲ ਹਰ ਇੱਕ ਦਾ ਤਾਂ ਨਹੀਂ ਹੋਊਗਾ, ਜਿਹਦਾ ਹੋਊਗਾ ਆਪਾਂ ਤੁਹਾਨੂੰ ਦੇ ਦਾਂਗੇ, ਆਪਣੀ ਸ਼ੋਪ ਦਾ ਬਿੱਲ, ਸ਼ੋਪ ਦਾ ਬਿੱਲ ਮਿਲੂਗਾ, ਹਰ ਇੱਕ ਦਾ ਬਿੱਲ ਮਿਲੂਗਾ, ਨਾਲੇ 3 ਮਹੀਨੇ ਦੀ ਵਾਰੰਟੀ ਮਿਲੂਗੀ। ਠੀਕ, ਕੋਈ ਵੀ ਇਸ਼ੂ ਹੁੰਦਾ ਜਦ ਮਰਜ਼ੀ ਤੁਸੀਂ 3 ਮਹੀਨੇ 'ਚ ਰਿਪਲੇਸ ਕਰਾ ਸਕਦੇ ਹੋ, ਪੈਸੇ ਵੀ ਤੁਸੀਂ ਦਿੰਦੇ ਹੋ? ਹਾਂਜੀ ਹਾਂਜੀ ਹਾਂਜੀ, ਜੇ ਕੋਈ ਜੈਨੂਇਨ ਇਸ਼ੂ ਹੋਇਆ। ਠੀਕ ਹੈ ਜੀ, ਇਸ ਤੋਂ ਅਗਲਾ ਮਾਡਲ ਆਪਾਂ ਫਿਰ ਕਰਦੇ ਹਾਂ 12 ਪ੍ਰੋ ਮੈਕਸ। ਹਾਂਜੀ, ਮੈਕਸ ਤੇ ਆ ਜੀ, 12 ਪ੍ਰੋ ਮੈਕਸ ਤੇ ਵੀ ਆਪਣੇ ਕੋਲ ਸਾਰੇ ਕਲਰ ਲੱਭਣਾ, ਆ ਦੇਖ ਲਓ ਜੀ, ਬਲੂ, ਗੋਲਡ, ਗ੍ਰੇ, ਹਾਂਜੀ ਬਲਿਓ ਸਾਰੇ ਮਿਲ ਜਾਣਗੇ, ਉਧਰ ਵੀ ਹੋਰ ਲੱਗੇ ਪਏ ਆ। ਅੱਛਾ ਜੀ, ਉਸ ਪਾਸੇ ਵੀ ਹੈਂਡ 12 ਪ੍ਰੋ ਕੁਛ, ਆ ਦੇਖੋ ਜੀ, ਇਹ ਸਾਰੇ 12 ਪ੍ਰੋ ਮੈਕਸ ਆ। ਹਾਂਜੀ, ਕੰਡੀਸ਼ਨ ਚੈੱਕ ਕਰਾਓ ਵੀਰ ਜੀ ਇੱਕ ਵਾਰੀ 12 ਪ੍ਰੋ ਮੈਕਸ ਦੀ, ਆ ਦੇਖੋ ਜੀ 12 ਪ੍ਰੋ ਮੈਕਸ ਵੀਰ ਜੀ, ਕੀ ਪ੍ਰਾਈਸ ਰਹਿੰਦਾ ਇਹਦਾ? ਸਰ ਪ੍ਰਾਈਸ ਇਹਦਾ ਰਹੇਗਾ ਜੀ, ਸਟਾਰਟਿੰਗ ਨੇ ਜਿਵੇਂ ਬਾਈ ਨੇ ਦੱਸਿਆ 38,000 12 ਪ੍ਰੋ ਮੈਕਸ ਦੀ, ਉਹਦੇ ਵਿੱਚ ਡਿਸਪਲੇ ਦੇ ਵਿੱਚ ਓਨਲੀ ਮੈਸੇਜ ਆਏਗਾ, ਹਾਂਜੀ, ਤੇ ਉਹ 38,000 ਦਾ ਪਏਗਾ। ਅੱਛਾ ਜੀ, ਅਦਰਵਾਈਜ਼ ਵੈਸੇ ਓਰੀਜਨਲ ਪੀਸ ਰਹਿਣਗੇ? ਓਰੀਜਨਲ ਪੀਸ ਰਹਿਣਗੇ, ਸਾਰੇ ਓਰੀਜਨਲ ਹੈ, ਬਟ ਰੇਟ ਜੇ ਤੁਸੀਂ ਰੇਟ ਚਾਹੀਦਾ ਹੈ ਤੇ ਰੇਟ ਤੁਹਾਨੂੰ ਪਤਾ ਸਸਤਾ ਚਾਹੀਦਾ ਹੈ ਤਾਂ ਉਹਦੇ ਵਿੱਚ ਮੈਸੇਜ ਜ਼ਰੂਰ ਮਿਲੇਗਾ। ਜੀ ਜੀ ਜੀ, ਬਾਕੀ ਅਦਰਵਾਈਜ਼ ਜੇ ਜੈਨੂਨ ਆਪਣੇ ਕੋਲ ਸਾਰੇ ਜੈਨੂਨ ਹੀ ਪਏ ਹੈ, ਹਾਂਜੀ, ਤੁਹਾਨੂੰ ਕੱਟ ਰੇਟ ਦਾ ਚਾਹੀਦਾ, ਕੱਟ ਰੇਟ ਦੇ ਵੀ ਪਏ ਆ। ਠੀਕ ਹੈ ਜੀ, ਮਤਲਬ ਕਸਟਮਰ ਨੂੰ ਮਤਲਬ ਖਾਲੀ ਨਹੀਂ ਜਾਣਦੇ ਨਾ, ਤੁਸੀਂ ਦੇ ਕੇ ਹੀ ਤੋਰੋ, ਜਿਹੜਾ ਆਪਾਂ ਉਹਨੂੰ ਖਾਲੀ ਨਹੀਂ ਜਾਣਦੇ ਨਾ, ਉਹਨੂੰ ਦੇ ਕੇ ਹੀ ਭੇਜਾਂਗੇ। ਠੀਕ ਹੈ ਜੀ, ਹੁਣ ਸਭ ਸੇ ਹੌਟ ਮਾਡਲ ਆਪਾਂ ਸਟਾਰਟ ਕਰਦੇ 13। ਹਾਂਜੀ, ਹਾਂਜੀ, ਰੈਡ ਕਲਰ ਜੈਨੂਇਨ ਹੋ ਗਿਆ ਬਿਲਕੁਲ, ਹੈ ਨਾ? ਹਾਂਜੀ, ਉਹ ਤੁਹਾਨੂੰ ਮਿਲੂਗਾ 39,000 ਚ ਦੇ ਦੋਗੇ? ਹਾਂਜੀ ਹਾਂਜੀ। ਠੀਕ ਹੈ ਜੀ, ਇੱਕ ਆ ਜੀ ਇਹਦੇ ਚ ਸਿਰਫ ਜਿਵੇਂ ਇੱਕ ਮੈਸੇਜ ਹੈ, ਡਿਸਪਲੇ ਦਾ ਮੈਸੇਜ ਹੈ, ਹਾਂਜੀ, ਡਿਸਪਲੇ ਓਰੀਜਨਲ ਚੇਂਜ ਹੈ। ਅੱਛਾ, ਓਰੀਜਨਲ ਚੇਂਜ ਆ, ਹਾਂਜੀ, ਚੈੱਕ ਕਰਾ ਸਕਦੇ ਹੋ ਕੰਪਨੀ ਚ? ਅੱਛਾ ਜੀ, ਠੀਕ ਹੈ, ਓਨਲੀ ਮੈਸੇਜ ਆਊਗਾ ਡਿਸਪਲੇ ਦਾ, ਹਾਂਜੀ, ਤੇ ਵੀ ਚੇਂਜ ਹੋਈ ਵੀ ਆ, ਹਾਂਜੀ, ਤੇ ਆ ਦੇਖੋ ਜੀ ਡਿਸਪਲੇ ਦਾ ਮੈਸੇਜ ਆ ਰਿਹਾ, ਹਾਂਜੀ, ਤੇ ਆਪਾਂ ਤੁਹਾਨੂੰ ਆ ਦੇ ਦਾਂਗੇ ਓਨਲੀ 35,000 ਦਾ।
13 ਚਲੋ ਜੀ ਠੀਕ ਹੈ ਬਾਬੂ ਜੀ। ਇਸ ਤੋਂ ਬਾਅਦ 13 ਪ੍ਰੋ ਆ ਜਾਂਦਾ ਹੈ ਜੀ, 13 ਪ੍ਰੋ ਚ ਵੀ ਆਪਣੇ ਕੋਲ ਸਾਰੇ ਕਲਰਸ ਅਵੇਲੇਬਲ ਹੈ। ਹਾਂਜੀ ਠੀਕ ਹੈ ਜੀ, ਆ ਦੇਖੋ ਜੀ, ਆ ਦੇਖੋ ਜੀ 13 ਪ੍ਰੋ ਹੋਰ ਵੀ ਆਪਣੇ ਕੋਲ ਪਏ ਆ ਕਲਰ। ਹਾਂਜੀ ਸਾਰੇ ਆ ਤੁਹਾਨੂੰ ਦੇ ਦਾਂਗੇ, ਇਹ 58,000 ਦਾ। ਫਿਰ ਡਿਸਕਾਊਂਟ ਵੀ ਦੋਗੇ 100% ਓਰੀਜਨਲ? ਠੀਕ ਹੈ, ਡਿਸਕਾਊਂਟ ਵੀ ਦਊਗਾ ਆਣੇ ਤੋਂ ਨਾਲ, ਅਗਰ ਜਿਹੜਾ ਵੀਡੀਓ ਸ਼ੇਅਰ ਕਰ ਗਿਆ ਹੋਊਗਾ। ਹਾਂਜੀ ਉਹਨੂੰ ਜਰੂਰ ਸਬਸਕ੍ਰਾਈਬ ਜਰੂਰ ਕਰ ਦਿਓ। ਹਾਂਜੀ ਬਾਈ ਦਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਠੀਕ ਹੈ ਜੀ, ਤੇ ਨਾਲੇ ਇੱਕ ਆਪਣੇ ਕੋਲ ਇੱਕ ਹੋਰ ਵਧੀਆ ਡੀਲ ਆ ਜੀ, 13 ਪ੍ਰੋ ਦੇ ਵਿੱਚ 256 GB ਆ। ਹਾਂਜੀ 87% ਬੈਟਰੀ ਆ। ਹਾਂਜੀ ਠੀਕ ਹੈ, ਇਹਦੀ ਸਿਰਫ ਇੱਕ ਇਸ਼ੂ ਹੈ ਜੋ ਫੇਸ ਆਈਡੀ ਨਹੀਂ ਚੱਲਦੀ। ਹਾਂਜੀ ਬਾਕੀ ਫੋਨ ਸਾਰਾ ਜੈਨੂਇਨ ਹੈ, ਕਦੇ ਖੁੱਲਿਆ ਨਹੀਂ ਹੋਇਆ। ਹਾਂਜੀ ਠੀਕ ਹੈ, ਆ ਤੁਹਾਨੂੰ ਆਪਾਂ ਦੇ ਦਾਂਗੇ ਸਿਰਫ 46,000 ਦਾ। 13 ਪ੍ਰੋ ਦਊਗੇ ਜੀ? 13 ਪ੍ਰੋ। ਚਲੋ ਜੀ ਚਲੋ ਠੀਕ ਹੈ ਜੀ, 256 GB। ਠੀਕ ਹੈ ਜੀ, 13 ਪ੍ਰੋ ਮੈਕਸ, 13 ਪ੍ਰੋ ਮੈਕਸ ਮਿਲ ਜੂਗਾ ਜੀ। ਅੱਛਾ ਜੀ, ਆਰਟੀਕਲ ਮਤਲਬ ਸਾਰੇ ਹੋਣੇ ਆ? ਸਾਰੇ ਮਿਲ ਜੂਗੇ 13 ਪ੍ਰੋ ਮੈਕਸ ਤੁਹਾਨੂੰ। ਆਈਫੋਨ ਦਾ ਫੁੱਲ ਸਟਾਕ ਹੈ ਆਪਣੇ ਕੋਲ, ਠੀਕ ਹੈ, 6 ਤੋਂ ਲੈ ਕੇ ਆਈਫੋਨ 15 ਪ੍ਰੋ ਮੈਕਸ ਤੱਕ ਆਪਣੇ ਕੋਲ ਸਾਰਾ। ਸੈਕਿੰਡ ਹੈਂਡ ਵੀ ਮਿਲ ਜੂਗਾ? ਸੈਕਿੰਡ ਹੈਂਡ ਮਿਲ ਜੂਗਾ, ਮਿਲ ਜੂਗੇ, ਨਿਊ ਵੀ ਚਾਹੀਦਾ ਨਿਊ ਵੀ ਮਿਲ ਜਾਏਗਾ। ਠੀਕ ਹੈ, 13 ਪ੍ਰੋ ਮੈਕਸ ਦਿਖਾ ਦਿਓ ਵੀਰ ਜੀ। 13 ਪ੍ਰੋ ਮੈਕਸ ਵੀ ਮਿਲ ਜੂਗਾ, ਸਾਰੇ ਕਲਰਸ ਅਵੇਲੇਬਲ ਹੈ ਜੀ। ਆ ਦੇਖ ਲਓ ਜੀ, ਆ ਦੇਖ ਲਓ, ਕਲਰਸ ਅਵੇਲੇਬਲ ਹੈ, ਬਿਲਕੁਲ ਨਿਊ ਪੀਸ ਹੈ। ਹਾਂਜੀ ਸੱਚੀ ਕਹੀ ਹੈ ਗੱਲ, ਵੀ ਨਿਊ ਪੀਸ ਹੈ ਪੁਰਾਣੇ ਰੇਟ ਚੋਂ। ਹਾਂਜੀ ਹਾਂਜੀ ਬਿਲਕੁਲ, ਆ ਦੇਖ ਲਓ ਜੀ ਕੰਡੀਸ਼ਨ, ਫਰੈਸ਼ ਪੀਸ ਹੈ। ਹਾਂਜੀ ਜਿਹੜਾ ਖੁੱਲਿਆ ਹੋਊਗਾ ਤੁਹਾਨੂੰ ਦੱਸ ਕੇ ਦਵਾਂਗੇ। ਹਾਂਜੀ ਜੀ, ਇਹਦਾ ਆ ਬਦਲਿਆ, ਕੁਝ ਬਦਲਿਆ। ਹਾਂਜੀ ਠੀਕ ਹੈ ਜੀ, ਹਾਲੇ ਤਾਂ ਫਰੈਸ਼ ਆਪਣੇ ਕੋਲ ਸਾਰੇ ਜੈਨੂਇਨ ਪਏ ਆ ਜੀ। ਹਾਂਜੀ ਤੁਹਾਨੂੰ ਦੇ ਦਾਂ 63,000 ਦਾ, 63,000 ਦਾ 13 ਪ੍ਰੋ ਮੈਕਸ ਦੇ ਦੋਗੇ? ਸਾਰੇ 65,000 60,000 70,000 ਦਾ ਵੇਚਦੇ ਆ ਤੁਹਾਨੂੰ, ਮਿਲੂਗਾ 63,000 ਤੇ 68,000 ਦਾ ਮਿਲੂਗਾ, 256 GB। ਆਏ ਹਾਏ, ਗੋਲਡਨ ਕਲਰ ਹੈ ਇਹ, ਦੇਖੋ ਸੋਨਾ ਹੈ ਗਾਈਸ, ਚੈੱਕ ਕਰੋ ਬਿਲਕੁਲ ਪੀਸ ਕੰਡੀਸ਼ਨ ਜਮਾ, ਬਿਲਕੁਲ 0-0 ਤੇ ਮਿਲੇਗਾ, ਬਿਲਕੁਲ ਕੋਈ ਫਿੰਗਰ ਵੀ ਨਹੀਂ ਲੱਗਾ ਹੋਇਆ ਹੈ ਸਰ, ਅਸੀਂ ਪ੍ਰੋਪਰ ਸਾਫ ਸੂਫ ਕਰਕੇ ਰੱਖਦੇ ਆ, ਬਿਲਕੁਲ ਹੈ ਜੀ, ਤੁਹਾਨੂੰ ਇੱਕ ਸਕ੍ਰੈਚ ਨਹੀਂ ਮਿਲੇਗਾ ਫੋਨ 'ਚ, ਡੱਬੇ 'ਚ ਕੱਢ ਲਓ, ਇੱਥੋਂ ਕੱਢ ਲਓ, ਇੱਕ ਹੀ ਗੱਲ ਹੈ, ਇੱਕੋ ਹੀ ਗੱਲ ਹੈ। ਅੱਛਾ ਜੀ, ਹਾਂਜੀ ਇਸ ਤੋਂ ਬਾਅਦ ਆ ਗਿਆ ਜੀ 14, ਕੀ ਪ੍ਰਾਈਸ ਕੀ ਰੱਖਦੇ ਹੋ 14 ਦਾ? ਸਭ ਤੋਂ ਪਹਿਲੀ ਗੱਲ ਤੁਹਾਨੂੰ ਲਾਈਕ ਮਿਲ ਜੂਗਾ, ਆ ਇੱਕ ਆਫਿਸ ਪੇ ਆਟੋ ਵਾਰੰਟੀ ਹੈ ਜੀ, ਹੋਰ ਵੀ ਆਪਣੇ ਕੋਲ ਪੇ ਨੇ। ਹਾਂਜੀ ਮਿਲ ਜੂਗਾ, ਇਹ ਤੁਹਾਨੂੰ ਦੇ ਦਾਂਗੇ ਆਪਾਂ, ਬਿੱਲ ਡੱਬਾ ਸਭ ਕੁਝ ਹੈ, 96 ਬੈਟਰੀ ਹੈਲਥ ਹੈ ਇਹਦੀ। ਹਾਂਜੀ 128 GB ਵੈਰੀਐਂਟ, ਇੰਡੀਅਨ ਪੀਸ। ਹਾਂਜੀ ਸਾਰੇ ਸਮਾਨ ਨਾਲ, ਡੱਬਾ ਡੁੱਬਾ ਸਾਰੇ ਸਮਾਨ, ਚਾਰਜਰ ਸਭ ਵੀ ਦਊਗੇ, ਗਿਫਟ ਵੀ ਦਵਾਂਗੇ, ਗਿਫਟ ਵੀ ਦਊਗੇ, ਓਨਲੀ 44,000। ਸੱਚੀ ਸੱਚੀ ਉਹ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਯਾਰ, ਮੈਂ ਕਹਿ ਰਿਹਾ ਤੁਸੀਂ ਆ ਦੇਖ ਲਓ ਜੀ, ਲੈ ਜਾਓ ਸਿੰਗਲ ਯੂਨਿਟ ਹੈ, ਜਿਹੜਾ ਸਬਸਕ੍ਰਾਈਬ ਸ਼ੇਅਰ ਕਰਕੇ ਆਏਗਾ ਉਹਨੂੰ ਆ ਆਪਾਂ 44,000 ਵਿਦ ਗਿਫਟ ਦਵਾਂਗੇ। ਠੀਕ ਹੈ ਜੀ, ਸ਼ਕਲ ਧਿਆਨ ਰੱਖ ਲਿਓ ਬਾਈ ਜੀ, ਇਹਦੀ ਜਵਾਨ ਹੈ, ਕਮਿਟਮੈਂਟ ਹੈ ਜੀ। ਠੀਕ ਹੈ ਜੀ, ਇਸ ਤੋਂ ਬਾਅਦ ਆ ਜਾਂਦਾ ਜੀ 14+ ਤੁਹਾਨੂੰ ਮਿਲ ਜੂਗੇ। ਹਾਂਜੀ ਇਹਦੇ ਵਿੱਚ ਆਦੇ ਵਾਈਟ ਪਿਆ ਹੈਗਾ, ਬਲੈਕ ਵੀ ਪਿਆ ਹੈ, ਪਰਪਲ ਵੀ ਪਿਆ ਆਪਣੇ ਕੋਲ, ਬਾਕੀ ਆ ਰਹੇ ਹੋਲੇ ਹੋਰ ਬਾਕੀ ਤੁਹਾਨੂੰ ਮਿਲ ਜਾਣਗੇ। ਇਹ ਹੈਗੇ ਨੇ ਅੰਡਰ ਵਾਰੰਟੀ, ਅੰਡਰ ਵਾਰੰਟੀ ਇਹਨਾਂ ਦੀ ਬੈਟਰੀ ਹੈਗੀ ਹੈ 99, ਇਹਦੀ ਹੈਗੀ ਹੈ 99 ਤੇ ਇਹਦੀ ਹੈਗੀ ਹੈ 94 94। ਯੈਸ ਠੀਕ ਹੈ ਜੀ, ਇਹ ਸਰ ਆਪ ਇਹ ਹੈਗਾ ਗਾਰੰਟੀ ਦੇ ਵਿੱਚ। ਹਾਂਜੀ ਇਹ ਸਰ ਦੇ ਦਾਂਗੇ 55,000 ਓਨਲੀ। ਸੱਚੀ ਮੈਂ ਕਹਿ ਰਿਹਾ ਤੁਸੀਂ ਪੂਰੀ ਮਾਰਕੀਟ ਟਰਾਈ ਕਰਕੇ ਇੱਥੇ ਆ ਜਾਇਓ, ਠੀਕ ਹੈ, ਪੀਸ ਸਾਡਾ ਚੈੱਕ ਕਰ ਲਿਓ ਵਿਦ ਬਾਕਸ ਕੇਬਲ ਐਂਡ ਵਿਦ ਵਾਰੰਟੀ ਸਾਰਾ ਸਮਾਨ, ਐਂਡ ਆਪਾਂ ਗਿਫਟ ਵੀ ਦਵਾਂਗੇ। ਚਲੋ ਜਿਹੜਾ ਮਰਜ਼ੀ ਫੋਨ ਲੈ ਜਾਓ ਸਰ, ਗਿਫਟ ਜ਼ਰੂਰ ਦਵਾਂਗੇ ਆਪਾਂ, ਠੀਕ ਹੈ ਜੀ, ਬਟ ਗਿਫਟ ਵੀ ਵਧੀਆ ਦਵਾਂਗੇ। ਅੱਛਾ ਉਹ ਕੰਮ ਨਹੀਂ ਤੁਸੀਂ ਕਰਨਾ, ਉਹ ਵਾਲੇ ਹੈਡਫੋਨ ਦੇ ਤੇ ਏਅਰਪੋਰਟ ਦੇ ਚੱਕ ਕੇ ਦੇ ਦੇ। ਅੱਛਾ ਉਹ ਕੰਮ ਨਹੀਂ ਹੈ, ਜੈਨੂਇਨ ਦਵਾਂਗੇ, ਠੀਕ ਹੈ, ਓਰੀਜਨਲ ਦਵਾਂਗੇ, ਫੋਨ ਵੀ ਯਾਦ ਰਹਿਣਾ ਤੇ ਗਿਫਟ ਵੀ ਯਾਦ ਰਹਿਣਾ। ਯੈਸ ਠੀਕ ਹੈ ਜੀ, 14 ਪ੍ਰੋ
ਬਾਕੀ ਆਈਪੈਡਾਂ ਵੀ ਹੈਗੀਆਂ ਨੇ। ਅੱਛਾ ਜੀ ਚਲੋ ਇਹ ਦਿਖਾ ਦਿਓ, ਹਾਏ ਹਾਏ ਆਈਪੈਡ। ਅੱਛਾ ਜੀ ਆਈਪੈਡ ਦਾ ਸਟਾਕ ਵੀ ਪੂਰਾ ਮਿਲ ਜਾਏਗਾ, ਮੈਕਬੁੱਕ ਵਗੈਰਾ ਸਾਰਾ ਕੁਝ ਪਿਆ ਆਪਣੇ ਕੋਲ। ਹਾਂਜੀ ਆ ਦੇਖੋ ਜੀ ਲੈਪਟਾਪ ਸੋਚ ਚਾਹੀਦਾ, ਡੈੱਲ ਦੇ ਹੋਗੇ, ਲੈਨੋਵੋ ਦੇ ਹੋਗੇ। ਅੱਛਾ ਜੀ ਕੁਝ ਅਵੇਲੇਬਲ ਹੈ ਜੀ, ਪੂਰੀ ਡੀਲ ਕਰਦੇ ਹੋ? ਹਾਂਜੀ 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 ਇੱਕ ਸ਼ੋਪ ਤੇ ਤੁਹਾਨੂੰ ਸਾਰਾ ਕੁਝ ਮਿਲ, ਸਾਰਾ ਕੁਝ ਮਿਲ ਜਾਏਗਾ। ਠੀਕ ਹੈ, ਇਹਦੇ ਕੀ ਪ੍ਰਾਈਸ ਰਹਿੰਦੇ ਵੀਰ ਜੀ, ਆਈਪੈਡ ਦੀ ਕਿੱਥੋਂ ਸਟਾਰਟ ਹੋ ਜਾਂਦੇ ਆ? ਮੈਕਬੁੱਕ ਪ੍ਰੋ ਆ, ਇਹ ਮੈਕਬੁੱਕ ਪ੍ਰੋ ਆ। ਹਾਂਜੀ 512 ਜੀ ਐਮ1 ਚਿੱਪ ਹੈ, 512 ਜੀਬੀ ਹੈ। ਅੱਛਾ ਜੀ ਆ ਦੇਖੋ ਕੰਡੀ, ਆ ਦੇਖ ਲਓ ਗਾਇਸ ਕੰਡੀਸ਼ਨ, ਆ ਦੋ ਸਰ ਇਹ ਹੈ, ਆ ਦੇਖ ਲਓ ਐਮ1 512 ਜੀਬੀ ਕੰਡੀਸ਼ਨ 100। ਹਾਂਜੀ ਬੈਟਰੀ 100, ਬੈਟਰੀ ਹੈਲਥ ਵੀ 100 ਸਰ, ਇਹ ਬਹੁਤ ਲਾਈਟਲੀ ਯੂਜ਼ ਕੀਤਾ ਹੋਇਆ। ਹਾਂਜੀ ਓਨਲੀ ਜਸਟ ਬਾਕਸ ਓਪਨ ਸੀਗਾ, ਦੈਟਸ ਇਟ, ਇੰਡੀਅਨ ਵੇਰੀਐਂਟ ਹੈ। ਹਾਂਜੀ ਇਹ ਤੁਹਾਨੂੰ ਓਨਲੀ 60,000 ਰੁਪਏ ਦਾ ਦੇ ਦਾਂਗੇ। ਸੱਚੀ ਮੈਂ ਕਹਿ ਰਿਹਾ ਮਾਰਕੀਟ ਕੰਪੇਅਰ ਕਰਕੇ ਤੁਸੀਂ ਆ ਸਕਦੇ ਹੋ ਨਾ, ਹੁਣ ਲੋਡਨ ਤੁਸੀਂ ਛੱਡਿਆ ਹੀ ਨਹੀਂ ਕੰਪੇਅਰ ਕਰਨੇ ਨੇ, ਤਾਂ ਤੁਸੀਂ ਰੇਟ ਹੀ ਐਸਾ ਬੋਲਦੇ ਆ। ਬਹੁਤ ਜੈਨੂਅਨ 100 ਬੈਟਰੀ ਹੈਲਥ ਦੇ ਨਾਲ, ਸਿੰਗਲ ਤੁਹਾਨੂੰ ਇੱਕ ਵੀ ਸਕ੍ਰੈਚ ਡੈਂਟ ਨਹੀਂ ਮਿਲੇਗਾ। ਠੀਕ ਹੈ, ਨਾਲੇ ਤੁਹਾਨੂੰ ਇਸ ਤੇ ਦੂੰਗਾ ਆਈਪੈਡ ਪ੍ਰੋ ਹੈ। ਹਾਂਜੀ M2 ਚਿਪ ਲੇਟੈਸਟ। ਹਾਂਜੀ ਠੀਕ ਹੈ, 128 GB ਹੈ। ਹਾਂਜੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਆ, ਤੁਸੀਂ ਦੇਖ ਸਕਦੇ ਹੋ। ਹਾਂਜੀ ਕੋਈ ਸਕ੍ਰੈਚ ਨਹੀਂ ਹੈ। ਹਾਂਜੀ ਬ੍ਰੈਂਡ ਨਿਊ ਪੀਸ ਹੈ। ਹਾਂਜੀ ਤੁਹਾਨੂੰ ਦੇ ਦਾਂਗੇ ਸਿਰਫ 57,000 M2 ਚਿਪ ਲੇਟੈਸਟ। ਚਲੋ ਜੀ ਦੇਤੀ। ਹਾਂਜੀ ਆਈਪੈਡ 'ਚ ਆਪਾਂ ਵਧੀਆ ਡੀਲ ਲਈਏ। ਹਾਂਜੀ ਸਭ ਤੋਂ ਬੈਸਟ ਡੀਲ ਹੈ ਇਹ, ਗੱਲ ਖਤਮ ਕਰਨ ਵਾਲੀ। ਓਨਲੀ 1 month ਓਲਡ, ਸਿਰਫ 30 ਦਿਨ ਪੁਰਾਣਾ ਆਈਪੈਡ ਹੈ, ਆਈਪੈਡ 10th ਜਨਰੇਸ਼ਨ। ਹਾਂਜੀ 11 ਮੰਥ ਦੀ ਵਾਰੰਟੀ, ਓਨਲੀ 32,000। ਸੱਚੀ ਮੈਂ ਕਿਹਾ ਤੁਸੀਂ ਨਵਾਂ ਪ੍ਰਾਈਸ, ਕਿੰਨੇ ਜੀਬੀ ਹੈ ਜੀ ਇਹ? ਨਵਾਂ ਹੈਗਾ 128 GB ਹੈ ਸਰ, 128 GB ਨਵੇਂ ਦਾ ਪ੍ਰਾਈਸ ਸੁਣ ਲਓ। ਹਾਂਜੀ 46,000 ਦਾ ਨਿਊ ਹੈ, ਚੈੱਕ ਕਰ ਸਕਦੇ ਹੋ ਸਟੋਰ ਤੇ ਜਾ ਕੇ, ਚੈੱਕ ਕਰ ਸਕਦੇ ਹੋ। 6,000 ਦਾ ਨਵਾਂ ਹੈ। ਹਾਂਜੀ ਓਨਲੀ 32,000 ਰੁਪਏ ਦਾ, ਸਿਰਫ 30 ਦਿਨ ਪੁਰਾਣਾ। ਡਿਸਕਾਊਂਟ ਵੀ ਦਓਗੇ ਫਿਰ? ਸਰ ਸਾਰਾ ਡਿਸਕਾਊਂਟ ਕਰਕੇ ਦੱਸਿਆ ਤੁਹਾਨੂੰ, ਤਾਂ ਇਹਦਾ ਡੀਲ ਤੁਹਾਨੂੰ ਦੇਣਾ ਪੈਣਾ, ਇਹਦਾ ਡੀਲ ਦੇਣਾ ਪੈਣਾ, ਇਹਦੇ ਵਿੱਚ ਡਿਸਕਾਊਂਟ ਸਰ ਆਲਰੇਡੀ ਹੈ, ਬਟ ਹਾਂ ਠੀਕ ਹੈ ਜੀ ਗਿਫਟ ਜ਼ਰੂਰ ਦਵਾਂਗੇ। ਚਲੋ ਜੀ ਫਿਰ ਥੋੜ੍ਹਾ ਐਸਾ ਵੀ ਕਮ ਰੇਂਜ ਮੈਂ ਥੋੜ੍ਹੇ ਸਸਤੇ ਫੋਨ ਆ ਜਾਂਦੇ ਹੈ, ਜਿਸ ਤਰ੍ਹਾਂ ਸੈਮਸੰਗ ਉਹ ਮਿਲ ਜਾਣਗੇ। ਹਾਂਜੀ ਉਹ ਦਿਖਾ ਦਿਓ ਵੀਰ ਜੀ ਆ ਜਾਓ। ਅੱਛਾ ਆਈ ਵੋਚ ਵੀ ਓਰੀਜਨਲ? ਬਿਲਕੁਲ ਠੀਕ ਹੈ ਵੀਰ ਜੀ, ਅੱਛਾ ਡੁਪਲੀਕੇਟ ਕੰਮ ਕਦੀ ਕਰਿਆ ਹੀ ਨਹੀਂ। ਹਾਂਜੀ ਇਸ ਤੋਂ ਅੱਗੇ ਇਹ ਸੈਕਸ਼ਨ ਹੈ ਜੀ, 11 Pro ਵੀ ਹੈ ਜੀ, ਪ੍ਰੋ ਮੈਕਸ ਤੁਹਾਨੂੰ ਦੇ ਦਾਂਗਾ 30,000 ਤੋਂ ਸਟਾਰਟਿੰਗ। 11 Pro Max ਦਿਖਾਓ ਵੀਰ ਜੀ ਇੱਕ ਵਾਰੀ। ਹਾਂਜੀ ਚਲੋ ਜੀ ਦੇਤਾ ਜੀ। ਹਾਂਜੀ ਉਸ ਤੋਂ ਬਾਅਦ ਥੋੜਾ ਏ ਮਾਡਲ ਆ ਜਾਂਦੇ ਆ ਜੀ। ਹਾਂਜੀ ਹਾਂਜੀ ਆਈਫੋਨ X ਹੋ ਗਏ, ਮੈਂ ਤੁਹਾਨੂੰ ਦੱਸਤਾ ਸੀਗਾ ਉਹ ਤਾਂ ਤੁਹਾਨੂੰ ਮਿਲ ਜਾਣਗੇ। ਹਾਂਜੀ ਹਾਂਜੀ ਆਈਫੋਨ ਦਾ 10,000 ਤੋਂ ਸ਼ੁਰੂ ਹੈ ਜੀ। ਹਾਂਜੀ ਬਾਕੀ ਆ ਲੈ ਲਓ ਫੋਲਡ ਫੋਲਡ ਆਪਣੇ ਕੋਲ ਸਾਰੇ ਪਏ। ਅੱਛਾ ਫੋਲਡ ਨਹੀਂ ਤੁਸੀਂ ਚੈੱਕ ਕਰਾਇਆ? ਹਾਂਜੀ ਆ ਦਿਖਾਓ ਜੀ, ਆ ਦੇਖੋ ਜੀ ਬ੍ਰੈਂਡ ਨਿਊ ਕੰਡੀਸ਼ਨ ਚ ਪਏ ਆ ਫੋਲਡ। ਹਾਂਜੀ ਆ ਵੀ ਪਏ ਫੋਲਡ 4 ਫੋਲਡ 5 ਹਾਂਜੀ ਤੁਸੀਂ ਸਾਰੇ ਪਏ ਆ। ਇੱਕ ਕੀ ਰੇਂਜ ਹੈ ਵੀਰ ਜੀ ਦੀ? ਇਹ ਵੀਰੇ ਫੋਲਡ 4 ਆ, ਇਹਨਾਂ ਨੂੰ ਮਿਲ ਜੂਗਾ 58,000। ਹਾਂਜੀ ਇੱਕ ਵੀ ਸਕ੍ਰੈਚ ਡੈਂਟ ਲੱਭਦੇ ਹੋ ਸਰ?
ਚਲੋ ਜੀ ਆ ਦੇਖ ਲੋ ਲੈ ਜੋ ਬਸ ਅੰਡਰ ਵਾਰੰਟੀ ਅੰਡਰ ਵਾਰੰਟੀ ਆ ਦੇਖ ਲੋ ਜੀ ਠੀਕ ਹੈ ₹1,00,000 ਨਵੇਂ ਦਾ ਰੇਟ ਕੀ ਹੈ ਵੀਰ ਜੀ? ਨਿਊ ਦਾ ਰੇਟ ਹੈਗਾ ₹1,20,512 ਵੈਰੀਐਂਟ ਹੈ। ਅੱਛਾ ਜੀ, S22 ਅਲਟਰਾ ਜੀ। ਹਾਂਜੀ, ਇਹ ਤੁਹਾਨੂੰ ਆਪਾਂ ਦੇ ਦਾਂਗੇ। ਦੇਖੋ ਬਿਲਕੁਲ ਬ੍ਰਾਂਡ ਕੰਡੀਸ਼ਨ ਚ ਫੋਨ ਆ। ਹਾਂਜੀ, ਠੀਕ ਹੈ, ਵਿਦ ਬਾਕਸ ਹੈ ਐਵਰੀਥਿੰਗ। ਹਾਂਜੀ, ਤੁਹਾਨੂੰ ਮਿਲੂਗਾ 55,000 ਦਾ। 55,000 ਦਾ ਨਹੀਂ, ਅੱਜ ਦੇ ਦਿਨ ਜੇ ਲਓਗੇ ਤੁਸੀਂ 50,000 ਦਾ। 50,000 ਰੁਪਏ ਦਾ ਸਿੱਧਾ ਹੀ 5,000 ਡਿਸਕਾਊਂਟ। ਹਾਂਜੀ ਹਾਂਜੀ, ਹਾਏ ਹਾਏ, S22 ਅਲਟਰਾ ਠੀਕ ਹੈ। ਹਾਂਜੀ ਠੀਕ ਹੈ। ਹਾਂ ਤਾਂ ਗਾਈਸ, ਨਵੇਂ ਫੋਨ ਵੀ ਚਾਹੀਦਾ ਤੁਹਾਨੂੰ, ਨਵੇਂ ਆਈਫੋਨ ਸਾਰੇ ਮਿਲ ਜੂਗੇ। ਠੀਕ ਹੈ, ਇੱਕ ਵਾਰੀ ਐਡਰੈਸ ਆਪਣਾ ਪ੍ਰੋਪਰ ਦੱਸ ਦਿਓ ਜੀ। ਆਪਣਾ ਐਡਰੈਸ ਹੈ ਰਾਧਾ ਮੋਬਾਈਲ ਮਾਰਕੀਟ, ਸੈਕਟਰ 22B, SU 1010, ਫਸਟ ਫਲੋਰ, ਸ਼ਾਪ ਨੰਬਰ 101। ਠੀਕ, ਓਮ ਸਾਈ ਕੰਪਲੀਟ। ਆ ਦਿਖਾ ਦਿਓ ਵੀਰ ਜੀ ਪਿੱਛੇ। ਹਾਂਜੀ ਠੀਕ ਹੈ। ਹਾਂ ਤਾਂ ਗਾਈਸ, ਵੀਡੀਓ ਕੋ ਅੱਜ ਕੀ ਵੀਡੀਓ ਉੱਤੇ ਅਸੀਂ ਖਤਮ। ਵੀਡੀਓ ਅੱਛੀ ਲੱਗੀ ਹੋ ਤਾਂ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ।